women, ਨੌਜਵਾਨ ਐਂਡ ਮੂਵ ਉਮਰ ਭਾਵੇਂ ਕੋਈ ਵੀ ਹੋਵੇ ਉਹ ਇੱਕ ਦੂਜੇ ਨੂੰ ਭੈਣ ਜੀ ਉਂਗਲਾ ਕਰਦੇ ਆ ਉਹ ਹੁੰਦੇ ਨੌਜਵਾਨ ਹੁੰਦੇ ਕਹਿੰਦਾ ਉਮਰ ਭਾਵੇਂ 20 ਸਾਲ ਦੀ ਹੋਵੇ 22 ਸਾਲ ਦੀ ਹੋਵੇ ਉਹਨਾਂ ਨੂੰ ਜਦੋਂ ਕੋਈ ਗੱਲ ਕਰੀਏ ਉਹਨਾਂ ਉਹ ਨਹੀਂ ਯਾਰ ਛੱਡ ਪਰ ਉਹ ਮੇਰੇ ਭਰਾ ਹੈ ਉਹਨਾਂ ਤੇ ਕਦੀ ਜਵਾਨੀ ਆਉਣੀ ਨਹੀਂ ਗੀ ਉਹਨਾਂ ਨੇ ਏਦਾਂ ਹੀ ਮਰ ਜਾਣਾ ਕਿ ਕੋਈ ਰੈਤ ਲੈਣ ਵਾਸਤੇ ਕੋਈ ਅਹੁਦਾ ਲੈਣ ਵਾਸਤੇ ਕੋਈ ਇਨਾਮ ਸਨਮਾਨ ਲੈਣ ਵਾਸਤੇ ਆਪਣੇ ਬਾਰੇ 2 ਅੱਖਰ ਵੀ ਕਿਸੇ ਨੂੰ ਲਿਖਣ ਵਾਸਤੇ ਅੱਜ ਤੱਕ ਵਰਿਆਮ ਸਿੰਘ ਸੰਧੂ ਨੇ ਕਿਸੇ ਨੂੰ ਆਖਿਆ ਹੋਵੇ ਮੈਂ ਬਾਹਰ ਖੜੀ ਕਰਕੇ ਕਹਿੰਦਾ ਕਿ ਕੋਈ ਖੜਾ ਹੱਥ ਕਰਕੇ ਆ ਕੇ ਵਰਿਆਮ ਸਿੰਧੂ ਨੇ ਮੇਰੇ ਤੋਂ ਰਿਆਤ ਮੰਗੀ ਮੈਂ ਕਿਸੇ ਤੋਂ ਰਿਆਤ ਨਹੀਂ ਸਤਾਰਾਂ ਸੌ 62 ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਢਾਹ ਕੇ ਪੂਰ ਦਿੱਤਾ ਤਲਾਬ ਪੂਰ ਦਿੱਤਾ ਦਰਬਾਰ ਸਾਹਿਬ ਢਾਹ ਦਿੱਤਾ ਸਿੱਖਾਂ ਨੇ ਇਕੱਠੇ ਹੋ ਕੇ ਜੱਸਾ ਸਿੰਘ ਵਾਲੀ ਹੋਰਾਂ ਨੇ ਪੈਸੇ ਇਕੱਠੇ ਕਰਕੇ ਤੇ ਸੁਰ ਸਿੰਘ ਦਾ ਖੱਤਰੀ ਸੀ ਗੁਰਸਿੱਖ ਭਾਈ ਦੇਸ ਰਾਜ ਮੈਂ ਕਹਿੰਦਾ ਕੋਈ ਭਾਈ ਦੇਸ ਰਾਜ ਦੀ ਝੋਲੀ 'ਚ ਜਿੰਨੀ ਵੀ ਮਾਇਆ ਇਕੱਠੀ ਹੋਈ ਉਹ ਸਿੱਖ ਸਰਦਾਰਾਂ ਨੇ ਪਾ ਦਿੱਤੀ ਅਤੇ ਉਹਨੂੰ ਕਹਿੰਦੇ ਆ ਕਿ ਭਾਈ ਜੀ ਹੁਣ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਉਣੀ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਤਾਂ ਵਿਖੜੇ ਪੈਂਡਿਆਂ 'ਚ ਰਹਿੰਦੇ ਹਾਂ ਅਤੇ ਭਾਈ ਦੇਸ ਰਾਜ ਨੇ ਸੋਚਿਆ ਕਿ ਸਿੱਖ ਪੰਥ ਨੇ ਮੇਰੇ 'ਤੇ ਇੰਨਾ ਵਿਸ਼ਵਾਸ ਕੀਤਾ ਉਹਨੇ ਆਪਣੀ ਸਾਰੀ ਜਾਇਦਾਦ ਉਹ ਸ਼ਾਹੂਕਾਰ ਸੀ ਉਸ ਵੇਲੇ 1 ਲੱਖ ਰੁਪਈਏ ਦੀ ਹੋਈ ਉਹ ਵੇਚ ਕੇ ਅਤੇ ਉਹ ਵੀ ਉਹਨੇ ਵਿੱਚੇ ਪਾ ਦਿੱਤੀ ਅਤੇ ਜਾ ਕੇ ਅਤੇ 8 ਫੁੱਟ ਬਾਈ 10 ਫੁੱਟ ਦੀ ਕੋਠੜੀ ਵਿੱਚ ਬੈਠ ਕੇ ਦੋਵੇਂ ਜੀ ਅਤੇ ਦਰਬਾਰ ਸਾਹਿਬ ਦੇ ਵਾਸਤੇ ਆਵੇ ਚੜ੍ਹਾ ਦਿੱਤੇ ਇੱਟਾਂ ਬਣਾਉਣ ਦੇ ਵਾਸਤੇ ਚੂਨਾ ਬਣਾਉਣ ਵਾਸਤੇ ਚੱਕੀਆਂ ਸੰਗਤਾਂ ਪੀਂਦੀਆਂ ਪਈਆਂ ਨੇ ਜਿਹੜੀ ਦਰਬਾਰ ਸਾਹਿਬ ਦੀ ਹੁਣੇ ਮਾਰ ਪੜੀ ਹੋਈ ਆ ਇਹ ਸੁਰ ਸਿੰਘੀਆ ਦੀ ਬੁਲਾਈ ਪਰ ਅੱਜ ਭਾਈ ਦੇਸ ਰਾਜ ਵੋਟ ਨਹੀਂ ਪਾ ਸਕਦਾ ਉਸ ਗੁਰਦੁਆਰੇ ਦੇ ਪ੍ਰਬੰਧ ਨੂੰ ਚਲਾਉਣ ਵਾਸਤੇ ਭਾਈ ਦੇਸ ਰਾਜ ਦਰਬਾਰ ਸਾਹਿਬ ਦੀ ਇਮਾਰਤ ਬਣਾ ਸਕਦਾ ਪਰ ਉਹਦੇ ਪ੍ਰਬੰਧ ਵਾਸਤੇ ਵੋਟ ਨਹੀਂ ਪਾ ਸਕਦਾ ਅਤੇ ਗੁਰਬਚਨ ਸਿੰਘ ਗੁਰਚਰਨ ਸਿੰਘ ਟੌੜਾ ਇੱਕ ਵਾਰ ਸਾਡੇ ਪਿੰਡ ਆਇਆ ਬੜੀ ਵਾਰ ਪ੍ਰਧਾਨ ਬਣਿਆ ਇੱਕ ਵਾਰ ਫਿਰ ਬਣ ਗਿਆ ਅਤੇ ਸਾਡੇ ਪਿੰਡ ਮੇਲੇ 'ਤੇ ਆਇਆ ਅਤੇ ਮੇਰੇ ਪਿੰਡ ਵਾਲੇ ਮੇਰਾ ਬੜਾ ਮਾਣ ਕਰਦੇ ਸੀਗੇ ਜਦੋਂ ਕਿਸੇ ਨੇ ਆਉਣਾ ਉਹਨਾਂ ਨੇ ਮੈਨੂੰ ਬੋਲਣ ਵਾਸਤੇ ਲਾਉਣਾ ਤੂੰ ਦੱਸ ਪਿੰਡ ਦਾ ਇਤਿਹਾਸ ਇਹਨਾਂ ਨੂੰ ਪਤਾ ਲੱਗੇ ਆਪਣਾ ਪਿੰਡ ਕੀ ਆ ਫਲਾਣ ਹੈ ਠੀਕ ਹੈ ਅਤੇ ਮੈਂ ਗੁਰਚਰਨ ਸਿੰਘ ਟੌੜੇ ਨੂੰ ਮੈਂ ਕਿਹਾ ਇਹੋ ਹੀ ਕਹਾਣੀ ਸੁਣਾਈ ਉਹਨੂੰ ਭਾਈ ਦੇਸ ਰਾਜ ਦੀ ਮੈਂ ਕਿਹਾ ਟੌੜਾ ਸਾਹਿਬ ਤੁਸੀਂ ਉਸ ਪਿੰਡ 'ਚ ਆਏ ਹੋ ਜਿਸ ਪਿੰਡ ਦਾ ਭਾਈ ਦੇਸ ਰਾਜ ਸੀ ਜਿਸ ਦੇਸ ਰਾਜ ਨੇ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਉਸ ਦੇਸ ਰਾਜ ਬਾਰੇ ਇੱਕ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਉਹ ਗੱਲ ਇਹ ਆ ਕਿ ਜਦੋਂ ਇੱਟਾਂ ਪੱਕਦੀਆਂ ਨੇ ਚੂਨਾ ਪੀਸਿਆ ਜਾ ਰਿਹਾ ਹੈ ਇੱਕ ਰਾਤ ਨੂੰ ਦੀਵੇ ਦੀ ਸਰੋਂ ਦੇ ਤੀਵੇ ਦੀ ਮੱਧਮ ਜੀ ਲੋਹ ਦੇ ਵਿੱਚ ਪਤਨੀ ਪੁੱਛਦੀ ਆ ਪਤੀ ਨੂੰ ਸਵਾਮੀ ਜੀ ਜੇ ਆਗਿਆ ਹੋਵੇ ਤੁਹਾਡੀ ਤਾਂ ਮੈਂ ਤੁਹਾਨੂੰ ਇੱਕ ਗੱਲ ਦੇਵਾਂ ਜਾਂ ਪੁੱਛਾਂ ਉਹ ਕਹਿੰਦਾ ਪੁੱਛ ਕੀ ਕਹਿਣਾ ਚਾਹੁੰਦੀ ਉਹ ਕਹਿੰਦੀ ਆ ਉਹ ਨਾ ਦੇਖੋ ਨੁੱਕਰ ਦੇ ਵਿੱਚ ਨਾ ਕਿੱਟ ਇਸ ਕੋਠੜੀ ਵਿੱਚ ਤਰੇੜ ਆਈ ਹੋਈ ਹੈ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਸਵੇਰੇ ਇੱਕ ਮੁੱਠ ਚੂਨੇ ਦੀ ਲੈ ਕੇ ਗਿੱਲੀ ਕਰਕੇ ਇਸ ਤਰੇੜ ਦੇ ਉੱਤੇ ਲਾ ਦਿਆਂ ਜਦੋਂ ਉਹਨੇ ਇਹ ਗੱਲ ਕਹੀ ਤਾਂ ਭਾਈ ਦੇਸ ਰਾਜ ਨੇ ਕਿਹਾ ਉਹ ਭਲੀਏ ਲੋਕੇ ਇੱਡਾ ਵੱਡਾ ਪਾਪ ਗੁਰੂ ਘਰ ਦੇ ਪੀਸੇ ਹੋਏ ਚੂਨੇ 'ਚੋਂ ਇੱਕ ਮੁੱਠ ਚੂਨਾ ਲੈ ਕੇ ਭਾਵੇਂ ਲਾਇਆ ਤੂੰ ਨਹੀਂ ਪਰ ਉਹਦਾ ਸੰਕਲਪ ਹੀ ਕਰ ਲਿਆ ਮਨ ਵਿੱਚ ਹੀ ਇਹ ਖਿਆਲ ਲੈ ਆਉਂਦਾ ਇਹਦੇ ਤੋਂ ਵੱਡਾ ਹੋਰ ਪਾਪ ਕਿਹੜਾ ਹੋ ਸਕਦਾ ਬਹੁਤ ਪਾਪ ਕੀਤਾ ਔਰ ਇਸ ਪਾਪ ਦਾ ਕਫਾਰਾ ਤਾਂ ਹੋਊਗਾ ਕਿ ਜਿੰਨਾ ਚੂਨਾ ਅੱਗੇ ਤੂੰ ਰੋਜ਼ ਪੀਨੀ ਆ ਉਸ ਤੋਂ ਡਬਲ ਚੂਨਾ ਤੈਨੂੰ ਪੀਸਦਾ ਪਿਆ ਕਰੂਗਾ ਤਾਂ ਤੇਰੇ ਪਾਪ ਦਾ ਕਫਾਰਾ ਹੋਊਗਾ
ਬਹਿ ਗਿਆ ਸੀ ਟੌੜਾ ਸਾਹਿਬ। ਉਹ ਲੋਕ ਵੀ ਸਨ ਜਿਹੜੇ ਇੱਕ ਮੁੱਠ ਚੂਨੇ ਗੁਰੂ ਘਰ ਦੇ ਦੀ ਆਪਣੀ ਕੰਧ ਤੇ ਲਾਉਣ ਦਾ ਸੰਕਲਪ ਲੈਣਾ ਵੀ ਪਾਪ ਸਮਝਦੇ ਸੀ। ਅੱਜ ਸ਼੍ਰੋਮਣੀ ਕਮੇਟੀ 'ਚ ਜੋ ਕੁਝ ਹੋ ਰਿਹਾ ਤੁਹਾਨੂੰ ਸਾਰਾ ਕੁਛ ਬੜੀ ਚੰਗੀ ਤਰ੍ਹਾਂ ਦਿਸਦਾ ਆ। ਤੇ ਜਦੋਂ ਤੁਸੀਂ ਆਪਣੇ ਪ੍ਰਬੰਧ ਨੂੰ ਐਤਕੀ ਦੀ ਪ੍ਰਧਾਨਗੀ ਵਿੱਚ ਚਲਾਓ ਤੇ ਭਾਈ ਦੇਸ ਰਾਜੇ ਨੂੰ ਕਦੇ ਕਦੇ ਯਾਦ ਕਰ ਲਿਆ ਕਰਨਾ। ਆਪਣੀ ਗਾਲੀ ਕੀਤੀ ਹੁੰਦੀ ਹੈ ਬਹੁਤੀਆਂ ਖੜੀਆਂ ਗੱਲਾਂ ਨਾ ਕਰਿਆ ਕਰੋ। ਅੱਜ ਵੀ ਉੱਥੇ ਮੈਨੂੰ ਬੈਠੀ ਕਹਿੰਦੀ ਸੱਚੀਆਂ ਗੱਲਾਂ ਜ਼ਿਆਦੀਆਂ ਨਹੀਂ ਕਰੀ ਦੀਆਂ ਹੁੰਦੀਆਂ, ਲੋਕਾਂ ਨੂੰ ਨਾਰਾਜ਼ ਕਰਕੇ ਨਾ ਇੱਥੇ ਜਾਇਓ। ਤੇ ਮੈਂ ਹਟਦਾ ਨਹੀਂ ਗਾ ਇਹਦੇ ਆਖਿਆ ਵੀ ਇਹ ਮੈਨੂੰ ਕਹਿੰਦੀ ਨਹੀਂ ਤੇ ਮੈਂ ਆਪਣੀਆਂ ਗੱਲਾਂ ਕਰਦਾ ਰਹੀਆਂ। ਮੈਂ ਟੌੜਾ ਸਾਹਿਬ ਨੂੰ ਵੀ ਇਹ ਗੱਲ ਕਹਿਤੀ ਸੀਗੀ, ਮੈਂ ਸਾਰਾ ਸਮਾਂ ਦੀ ਜਿਹੜੀ ਮੈਂ ਗੱਲ ਕਹਿਣੀ ਹੁੰਦੀ ਮੈਂ ਕਰ ਦਿੰਦਾ ਹੁੰਦਾ। ਮੈਂ ਗੱਲ ਕਰਦਾ ਪਿਆ ਸੀ ਅੱਗੇ ਅੱਗੇ ਮੈਂ ਹੁਣ ਜਾਂਦਾ ਨਹੀਂ, ਵੈਸੇ ਜੇ ਮੈਂ ਦੱਸਣਾ ਹੋਵੇ ਸਾਰੀ ਦੁਨੀਆ ਵਿਦੇਸ਼ ਭੱਜਣਾ ਭੱਜਾ ਜਾਣਾ ਚਾਹੁੰਦੀ ਹੈ। ਅਤੇ ਜਿਹੜਾ ਸਭ ਤੋਂ ਪਹਿਲਾਂ ਬੰਦਾ ਉੱਤਰੀ ਅਮਰੀਕਾ ਵਿੱਚ ਗਿਆ ਸੀ ਭਾਈ ਬਖਸ਼ੀਸ਼ ਸਿੰਘ ਸੁਰ ਸਿੰਘ ਦਾ ਸੀਗਾ ਉਹ ਵੀ। ਹਾਂਜੀ ਅਸੀਂ ਮਤਲਬ ਤੁਹਾਡੇ ਵਾਸਤੇ ਰਾਹ ਖੋਲ੍ਹੇ ਬਾਹਰ ਜਾਣ ਦੇ ਵਾਸਤੇ, ਇਹ ਵੀ ਗੱਲ ਆ ਰਹੀ ਹੈ। ਮੈਂ ਗੱਲ ਕਹਿ ਰਿਹਾ ਕਿ ਇਹ ਖਮੀਰ ਸੀਗਾ। ਮੈਂ ਢਾਡੀਆਂ ਦੀਆਂ ਵਾਰਾਂ ਸੁਣਦੀਆਂ, ਮੈਂ ਕਮੀਸ਼ਨ ਸੁਣਦੇ ਤਾਂ ਮੇਰੇ ਅੰਦਰ ਇੱਕ ਜੋਸ਼, ਇੱਕ ਇਤਿਹਾਸ ਦਾ ਗੌਰਵ, ਇੱਕ ਸਿੱਖੀ ਜਿਹੜੀ ਸੀਗੀ, ਕਿ ਸਿੱਖੀ ਦੀ ਜਿਹੜੀ ਸੁੱਚੀ ਸਪਿਰਿਟ ਸੀਗੀ, ਸਭ ਤੋਂ ਪਹਿਲਾਂ ਮੈਂ ਉਹਦੇ ਤੋਂ ਪ੍ਰਭਾਵਿਤ ਹੋਇਆ। ਸਿੱਖੀ ਉਹ ਜਿਹੜੀ ਗੁਰੂ ਸਾਹਿਬ ਦੀ ਸੀ, ਸਿੱਖੀ ਉਹ ਜਿਹੜੀ ਭਾਈ ਦੇਸ ਰਾਜ ਦੀ ਸੀ, ਉਹ ਸਿੱਖੀ ਨਹੀਂ ਜਿਹੜੀ ਬਾਦਲ ਸਾਹਿਬ ਦੀ ਆ, ਜਾਂ ਉਹ ਸਿੱਖੀ ਦੀ ਜਿਹੜੀ ਗੋਬਿੰਦ ਸਿੰਘ ਲੌਂਗੋਵਾਲ ਦੀ ਆ। ਤੇ ਅਮਰ ਕਹਿੰਦਾ ਹੁੰਦਾ ਜੀ ਵੀ ਚੁਣੇ ਹੋਏ ਨੇ, ਜੇ ਪਿਛਲੀ ਵਾਰ ਰਹਿ ਗਿਆ ਸੀ ਇਹ ਚੁਣੀ ਹੋਈ ਆ ਜੀ, ਮਤਲਬ ਜੇ ਕਮੇਟੀ ਚੁਣੀ ਲੋਕਾਂ ਹੀ ਚੁਣੀ ਆ। ਮੈਂ ਰਾਤ ਦੀ ਤੁਹਾਨੂੰ ਗੱਲ ਸੁਣਾਉਂਦਾ, ਰਾਤ ਦੀ ਗੱਲ ਇਹ ਸੁਣਾਉਂਦਾ ਕਿ ਜਦੋਂ ਅਸੀਂ ਆਏ ਤੇ ਉੱਤਰ ਕੇ ਤੇ ਆਉਣਾ ਸੀ ਪਹਾੜ ਗੰਜ ਵਾਲੇ ਪਾਸੇ, ਤੇ ਤੁਰ ਪਏ ਮੇਰੀ ਗੇਟ ਵਾਲੇ ਪਾਸੇ। ਮੇਰੀ ਘਰ ਵਾਲੀ ਆਖੇ ਉਹ ਤੁਸੀਂ ਇੱਧਰ ਨਾ ਜਾਓ, ਪੁੱਛ ਲਓ ਕਿਸੇ ਨੂੰ। ਮੈਂ ਇੰਨੇ ਕੋਨਫੀਡੈਂਸ ਕਿ ਸਾਰੇ ਲੋਕ ਇਹਨੂੰ ਜਾਣਦਾ ਆ, ਤੁਰ ਗਿਆ ਤਾਂ ਪਤਾ ਬਾਹਰ ਜਦੋਂ ਗਏ ਉਹ ਡਰਾਈਵਰ ਪੁੱਛੇ ਤੁਸੀਂ ਕਿੱਥੇ ਜੇ, ਮੈਂ ਆਖਿਆ ਵੀ ਇੱਧਰ ਆ, ਉਹ ਆਖੇ ਮੈਨੂੰ ਤਾਂ ਦਿਸਦੇ ਨਹੀਂ ਕਿਤੇ। ਪਤਾ ਕਿਸੇ ਨੂੰ ਫੋਨ ਫੜਾਓ, ਫੋਨ ਫੜਾਇਆ ਤੇ ਉਹ ਕਹਿੰਦਾ ਜੀ ਇਹ ਤਾਂ ਦੂਜੇ ਪਾਸੇ ਆ ਗਏ ਨੇ। ਠੀਕ ਆ ਨਾ, ਉਹ ਡਰਾਈਵਰ ਵਿਚਾਰਾ ਕਿ ਉਹ ਘੰਟਾ ਲਾ ਕੇ ਸਾਨੂੰ ਲੱਭਦਾ ਲੁੱਭਦਾ ਰਿਹਾ, ਤੇ ਜਦੋਂ ਲੈ ਕੇ ਜਾ ਰਿਹਾ ਸੀ ਤੇ ਪੂਰਾ ਉਹ ਵੀ ਅੰਦਰੋਂ ਪੂਰਾ ਖਫਾ, ਪਰ ਕਿਉਂਕਿ ਗੁਰਭੇਜ ਸਿੰਘ ਨੇ ਭੇਜਿਆ ਤੇ ਬੰਦਾ ਕੋਈ ਖਾਸ ਹੀ ਹੋਊਗਾ ਜਿਹਦੇ ਜਿਹਨੂੰ ਗੁਰਭੇਜ ਨੇ ਘਰ ਵੀ ਆਪਣੇ ਰੱਖਣਾ ਹੈ, ਕਿਉਂ ਕਹਿ ਕਦੇ ਕੁਛ ਹਾਰ ਕੇ ਉਹ ਵਿੱਚੇ ਵਿੱਚੇ ਹੀ ਕਹਿੰਦਾ ਕਹਿੰਦਾ ਜੀ ਸਾਹਿਬ ਜੀ ਤੁਸੀਂ VIP ਬੰਦੇ ਸੀਗੇ, ਤੁਸੀਂ ਕਿਸੇ ਨੂੰ ਪੁੱਛ ਲੈਂਦੇ ਹੋ, ਫੋਨ ਹੀ ਕਰ ਲੈਂਦੇ ਹੋ। ਮੈਂ ਆਖਿਆ ਮੈਂ ਮਨ 'ਚ ਆਖਿਆ ਔਰ ਕੁਛ ਨਹੀਂ ਕਿਹਾ, ਮੈਂ ਕਿਹਾ ਭਰਾ ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰਨੀ ਕਰ ਲਾ, ਪਰ VIP ਕਹਿਤਾ ਆਪਾਂ ਇਸ ਗੱਲ 'ਤੇ ਖੁਸ਼ ਹਾਂ। ਤਾਂ ਗੱਲ ਮੈਂ ਇਹ ਕਹਿਣੀ ਚਾਹ ਰਿਹਾ ਸੀਗਾ ਭਾਈ ਇਹ ਕਹਿੰਦਾ ਨਾ ਚੁਣੀ ਹੋਈ ਕਮੇਟੀ ਆ, ਚੁਣੀ ਹੋਈ ਕਮੇਟੀ। ਉਹ ਮੈਂ ਕਿਹਾ ਭਾਰਤੀ ਲੋਕਤੰਤਰ ਤਾਂ ਇਹ ਆ ਲਿਆ, ਭਾਰਤੀ ਲੋਕਤੰਤਰ ਦੇ ਲੋਕਾਂ ਦੇ ਸਮੂਹ ਵੱਲ ਤੇ ਤੁਰੇ ਜਾਓਗੇ ਤੇ ਜਾਣਾ ਹੈ ਪਹਾੜਗੜ੍ਹ ਤੇ ਜਾ ਪਹੁੰਚੋਗੇ ਜਮੀਨੀ ਇਹ ਸਥਿਤੀ ਹੈਗੀ ਹੈ। ਖੈਰ ਮੈਂ ਗੱਲ ਕਰਦਾ ਕਰਦਾ ਇਹ ਮੈਂ ਕਹਿ ਰਿਹਾ ਸੀ ਕਿ ਇਹ ਸਾਰਾ ਕੁਛ ਮੇਰੇ ਖਮੀਰ 'ਚ ਸੀਗਾ, ਮੇਰੇ ਸਵੈ ਮਾਣ, ਅਣਖ ਨਾਲ ਜੀਣਾ, ਲੜਨਾ, ਇਹ ਮੇਰੇ ਇਲਾਕੇ ਦੀ ਮੈਨੂੰ ਦੇਣ ਸੀਗੀ। ਫਿਰ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚੋਂ ਗਦਰ ਪਾਰਟੀ ਦੇ ਸਭ ਤੋਂ ਵੱਧ ਬੰਦੇ ਵੀ ਮੇਰੇ ਪਿੰਡ ਦੇ ਸੀਗੇ, ਜਦੋਂ ਮੈਂ ਉਹਨਾਂ ਦਾ ਇਤਿਹਾਸ ਪੜ੍ਹਿਆ, ਮੈਂ ਉਹਨਾਂ ਦੇ ਨਾਲ ਵੀ ਜੁੜਿਆ, ਉਹਨਾਂ ਬਾਰੇ ਵੀ ਜਾਣਿਆ। ਬਾਬਾ ਸੋਹਣ ਸਿੰਘ ਭਕਨਾ ਗਦਰ ਪਾਰਟੀ ਦੇ ਪ੍ਰਧਾਨ ਸਨ ਜਿਹੜੇ, ਉਹ ਗਦਰ ਪਾਰਟੀ ਬਾਰੇ ਜਾ ਸੁਣਿਆ ਤੁਸੀਂ ਕਦੀ? ਕਿੰਨੇ ਨੇ ਸੁਣਿਆ ਗਦਰ ਪਾਰਟੀ ਬਾਰੇ? ਹੱਥ ਖੜੇ ਕਰੋ ਸਾਰਿਆਂ। ਅੱਛਾ ਕੋਈ ਕੁਝ ਕੁਝ ਇੱਕ ਨੇ ਖੜਾ ਕੀਤਾ। ਮੈਂ ਇਹ ਗੱਲ ਵੀ ਕਰ ਜਾਣੀ ਨਾਲ, 2013 ਦੇ ਵਿੱਚ 100 ਸਾਲ ਹੋ ਗਏ ਸੀ ਗਦਰ ਪਾਰਟੀ ਬਣੀ। ਗਦਰੀ ਬਾਬਿਆਂ ਨੇ ਜਿਹੜੇ ਕੋਈ ਤੇ ਕਰਤਾਰ ਸਿੰਘ ਸਰਾਭੇ ਵਰਗੇ ਤੇ ਹੋਰ ਜਿਹੜੇ ਸੀ ਉਹ ਬੰਦੇ ਸ਼ਹੀਦ ਹੋ ਗਏ, ਕਾਲੇ ਪਾਣੀ ਦੀਆਂ ਸਜਾਵਾਂ ਬਹੁਤ ਸਾਰੇ ਨੇ ਕੱਟੀਆਂ, ਜਦੋਂ ਬਾਹਰ ਆਏ ਉਹ ਦਾੜੀਆਂ ਕਾਲੀਆਂ ਸੀ ਪਹਿਲਾਂ, ਫਿਰ ਚਿੱਟੀਆਂ ਹੋ ਗਈਆਂ, ਬਾਬੇ ਬਣ ਗਏ ਉਹ। ਉਹਨਾਂ ਨੇ ਫਿਰ ਇਹ ਪਤਾ ਸੀ ਕਿ ਸਾਡਾ ਇਤਿਹਾਸ ਕਿਸੇ ਦੇ ਸਾਹਮਣਾ ਨਹੀਂ, ਨਾ ਸਾਡਾ ਇਤਿਹਾਸ ਕਿਸੇ ਦੇ ਦੱਸਣਾ। ਉਹਨਾਂ ਨੇ ਆਪ ਹੀ
अपनी यादगार एक बनाई देश भगत यादगार जलंधर के आप ही उन्होंने गदर पार्टी का इतिहास लिखवाया ट्रस्ट बनाया एक बाबा भगना होनी तो बाबा विशाखा सिंह हो रही तो बाबा गुरमुख सिंह हो रही वो सारे जो लोग सन उस ट्रस्ट को चलाने वाले अज स्थिति यह आ गई है कि उस ट्रस्ट का मैंबर होने का मैनू शर्फ भी हासिल है पर नाल दे नाल शर्मिंदगी भी आ कि कितने वो लोग कितने मेरे वर्गे उस ट्रस्ट के उत्ते बैठे हुए मैं क्या अपनी कमेटी को मैं क्या भी आप चाहिए कि गदर पार्टी का इतिहास लोगों को पता नहीं गा आप ना विद्यार्थियों को बिल्कुल ही नहीं पता उन्होंने जाके दसीए कॉलेजा च यूनीवर्सिटिया जो बोले वह मुंडा खोले वो कहते फिर दसिया कर उन्होंने कॉलेजा च बंदोबस्त करता अच्छ फलाने कॉलेज जाएगा अच्छ फलाने कॉलेज जाएगा फलाने कॉलेज जाएगा पहले कॉलेज मैं गया 500 विद्यार्थी अगर बैठा हुआ फ्लैक्स के उत्ते लिखा हुआ भी गदर पार्टी शताब्दी समारोह जो मैं बोलने वास्ते लिया मैं क्या पुत्रो मैं ना तुसी 500 बच्चा बैठे हो मैं तुहानू पुछना आ चार निके निके सवाल चार निके निके सवाल जिन्हों हाँ जवाब आवे वो हाथ खड़ा कर दे जिदा ना च जवाब है हाथ खड़ा ना करे ऑटोमैटिकली गल सिद्ध जिहड़ा हाथ खड़ा करे डरे ना इस गल तो कि मैं उहदी वजाहत पुछ लूँ व्याख्या पुछ लूँ नहीं मैं हाथ खड़ा ही देखा होर कोई सवाल मैं पहला किया कि जिहड़ी गदर पार्टी के बारे अज मैं बोलने वास्ते इत्थे आया तुहाडे प्रिंसीपल ने सद्या उहदा नाम अज तो पहला कदी किसी ने सुनिया जिहने सुनिया हाथ खड़ा करे तुहानू नहीं कह रहा मैं उन्होंने पूछा 500 बच्चे चो एक बच्चे ने हाथ खड़ा किया फिर मैं क्या दूजा सवाल पूछने की जरूरत नहीं क्योंकि जिन्हें गदर पार्टी का ना ही नहीं सुनया प्रधान का ना उन्हें कितों सुनया पर फिर भी क्योंकि तुहाडे इलाके का सी खडूर साहब कॉलेज की गल करता पाया मैं तो माझे का सी बाबा सोहण सिंह भगना ना सुनया किसी ने हाथ खड़ा मैं क्या जनरल सकत्र लाला हरदयाल सिंह ना सुनया किसी ने हाथ खड़ा मैं क्या करतार सिंह सराभा 15-16 जने ने हाथ खड़े किए क्योंकि उत्ते फिल्म फुल्म भी एक बनी सी भगत सिंह का क्योंकि बहुत जिक्र होया तो उहदी फोटो अपनी जेब में रखता सीगा शायद कोई भी स्वीकार न हो 10-15 बच्चे जो उहदा नाम जिहड़ा सी सुने मैं अपना जिन्ना चिर बोलना सी बोलिया बोलन तो बाद जो मैं प्रिंसीपल के दफ्तर च गया तो दो मुंडे एम कॉम के विद्यार्थी कहते जी असी संतू साहब नूं मिलदे मेरे कोल आ गए मैं क्या आओ जी आया पुत्र कहते सर सानू कोई पता नहीं इस तरह की कोई पार्टी हैगी है कि नहीं हैगी हुण हैगी है कि नहीं हैगी असी कख नहीं जानते सानू सियासत का कख नहीं पता पर तुहाडियां गल्लां सुन के ये पार्टी इस तरह के लोगों की सी इस किरदार वाले लोगों की सी इस स्वैमान वाले लोगों की सी इस कुरबानी वाले लोगों की सी साढ़े अंदर एक जज्बा जाग गया कि यहो जी पार्टी जो कोई हुण हैगी तो सानू दसो असी उहदे विच शामिल होना चाहते अगले साल प्रिंसीपल कहता जी तुम पिछले साल तक गदर पार्टी बारे बोल के चले गए तुम एम ए च लगे अभी कहानियों बारे आके गल करो मैं क्या आ जाने कहानियों बारे गल कर रहा एक मुंडे ने पिछों गदर पार्टी बारे बहुत बुनियादी महत्व का सवाल करता मैं हस गया मैं पिछले साल तक गदर पार्टी का ना नहीं कोई जाना तू कौन है जिहड़ा गदर पार्टी बारे एडा बुनियादी महत्व का सवाल करता पाया वो कहता सर जे पिछले साल दो मुंडे तुम ऑफिस से आके मिले से ना मैं उन्होंने एक कह मैं उन्हों शाबाश भी दिती कि नाल मैं तुहाडे सारे वास्ते सारी जिंदी साडी नौजवान नस्ल हैगी उहदे वास्ते मैं कहना चाहवांगा दुष्यंत दा शेर कि नाओ जर्जर ही सही सोभा सिंह कहिंदा वी तुसीं कहिंदे तुहानूं मैं नौजवानां नूं मुखातब हो रहा पर मैनूं पता तुसीं सारे नौजवान है नहीं जी क्यों क्योंकि उम्र 16 तों लै के 25-30-35 इह होणा जवानी नहीं हुंदी नौजवान चार किस्म के होंगे एक होंगे न्यू जवान जो आप कहते मॉडर्न ठीक है ना उन्होंने उस वेले के हिसाब से दसे जो अच्छी बेहतर जानते भी अज का नौजवान जरा मॉडर्न है वो जिन्हों वास्ते हीरोइन तो हीरो आदर्श होंगे उन्होंने जिन्होंने गला च गानिया कन्ना च वो पईयां होंदियां ने मुर्गियां ते होर ते बुलटां दे उत्ते कुड़ियां दे कालजां के गेड़े
ठीक है ना, होर कोई जिंदगी का आदर्श नहीं है। न्यू जवान एक होंगे नौजवान एंड ओल्डर होंगे जी, जो कोई मसला जो जो डिस्कस कर रहे हो किसी संकट का सामना करना अगले दिन च हो कहते वह गल ही कोई नहीं, वो तू वेखेगा ना जो मौका आया तो फिर आप कर दे की है परवाह ही ना कर तू, तो जो मौका होना तो लभना कोई नहीं। वह होंगे नौजवान एंड ओल्डर, ये मैं नहीं शोभा सिंह ने दसिया। एक होंगे ने नौजवान एंड ओ उम्र भावे कोई भी हो एक दूजे भैन जी उंगला करते हैं, वो होंगे नौजवान होंगे कि उम्र भावे 20 साल की हो 22 साल की हो जो कोई गल करिए कभी जवानी आनी नहीं, उन्होंने इदा ही मर जाना है। बहुत थोड़े होंगे ने बिरले जेडे नौजवान होंगे जिन्हों के अंदर जिंदगी का चाल लट लट मगदा होता है, जेडे जिंदगी खूबसूरत दिसना चाहते हैं तो खूबसूरत बनाने के वास्ते अपनी जान की बाजी लाने वास्ते भी तैयार होते हैं, जिंदगी खेड़ा देखना चाहते हैं, जिंदगी उत्साह देखना चाहते हैं, जिंदगी चंगे पासे बदलती देखना चाहते हैं। वो कहता कि हुण तुसी अपने आप को पुछ के वेख लो, तुसी नहीं पुछ के वेख लो कि तुसी कि कैटेगरी चाहते हो, कुछ एक दूजे को कहो कि मैं तो ये चाहना तू नहीं चाहनी तू नहीं चाहनी। ये गल तो शोभा सिंह होर ने कही सी जवाना बारे, जी मैं करनी सी गल बाबा भकना होर, बाबा भकना जी बाद च बोले जवाना मुखातब करके कहते जवानों जी मैं अपनी जिंदगी पल्ले बंदी, वो कहते ने कि जो बंदा है ना वह कभी मरन जी नहीं करता, किसी का मरन कहते जी नहीं करता। आप जिन्हें शहीदा बारे भी कहने ना कि उन्हें हस के फांसी का रस्सा चुमया गल में पाया तो देश के आदर्श तो जाना मार दतिया बंद बंद कटवा ले जो भी जिदा भी है। खेमा साहब मैं अपने वालों तो कुछ नहीं कह रहा, यह बाबा भकना जी कह रहे हैं, कहते कि जो शहीद भी हो रहे होंगे है ना उन्होंने मन में भी अंतकरण में बहुत सूखम जहा एहसास यह लुकया होता है कि बेशक अपने आदर्श के उत्तों अपनी जान कुरबान कर दिया गए, अपना जिसम वार दिया गए, मर जावे पर मरण तो बाद भी अपने लोगों के चेतिया जीवते रहेंगे। वो कहते हैं जो लोगों के चेतिया जीवते रहने का एहसास है ना यो ही उन्होंने फांसी का रस्सा चुम के गल में पा लैन की प्रेरणा देता है। तो आखिरी गल जी उन्होंने कही जो तोड़ा झाड़िया है जो मेरे लिए बड़ा मुलवान है तुहाडे लिए भी शायद होगा, उन्हें कहा कि नौजवानों जे मरन तो बाद जीते रहना चाहते हो तो जा कोई योजा कम कर जाओ जिहड़ा तुहाडे मरन तो बाद लिखा जा सके, तो जा योजा लिख जाओ जिहड़ा तुहाडे मरन तो बाद पढ़िया जा सके। ये बाबा भकना जी की गल मैं अपने कलेजे ना ला के रखी, मैं कहा कि मैं योजा लिखण की कोशिश भी करनी है तो मैं योजा करन की कोशिश भी करनी है। मैं करन की कोशिश भी की क्योंकि जिंदी थोड़ी समर्था होती तुम मुताबिक ही कर सकते, मैं अपनी मेरी पहला लिखा गुफा बिजली उड़ान, मैं मेरी जिंदगी के जो कोई संकटकालीन पल ले बकायदा जीवनी नहीं मेरी, उस मैं क्या कि मैं ये नहीं कह रहा कि मैं बड़े बड़े असमाना चुंडिया कि मेरिया बड़िया बड़िया प्राप्तियां, मैं तो सिर्फ गुफा चुंडिया तो गुफा भी सिर्फ मेरे अपने अपने मेरा अपने असमान सूरज सागर फुल के खबरे ख्वाब हाँ अपनी गुफा च उड़ता होया उकाब हाँ। ये भी दास्ता लिखा हुआ शेर दे जे शेर कोई बंदा हो मैं कहना कि मैं उड्डिया भी होव ना होव
दो स्थितियां ने, तुसी जमीन दे उत्ते हो जां जमीन च गरख जाओ, जां जमीन तो उपर उठो ते जां जमीन ते पैर टका के रहो, थल उच्चे नहीं उठ सकते तां गरख नूं अपने आप नूं बचा के रखो। मेरा ये दावा है अपने आप के बारे कि मैं बधाई चढ़ाई गल लग सकती किसी को, पर मैं कह रहा बाज नहीं आता कि मैं अपने आप को गरकन तो बचाई रखने की हर संभव कोशिश की है। तो उच्चा उठ सकिया कि नहीं उठ सकिया, उठ सकिया कि नहीं उठ सकिया यह वक्री गल है। मैं अपने खंभा विचों मैं उड़न की लोचा कभी मरन नहीं दिखी सी। मैं हिक दे हाथ रख के बांह खड़ी करके एक गल भुल्लर साहब भी अपने बारे भी वो कह सकते, अपने बारे भी वो कह सकते क्योंकि मेरे वड्डे भरा ने, अपने बारे भी एक गल मोहना बारे भी कह सकते कि वह भी कह सकते हैं गल दावे के नाल कि कोई रेत लैण वास्ते, कोई अहुदा लैण वास्ते, कोई इनाम सम्मान लैण वास्ते अपने बारे दो अक्षर भी किसी को लिखण वास्ते अज तक वरियाम सिंह संधू ने किसी को आख्या हो। बाह खड़ी करके कहना कि कोई खड़ा हाथ करके आके कि वरियाम संधू ने मेरे तो रियायत मंगी, मैं किसी को रियायत नहीं, ये मेरा दावा, ये मेरा यकीन है। तो मैं ये उत्ते अपने आप को कायम रखने की कोशिश की। मैं कहा कि मैं लिखण की कोशिश भी की, मैं करन की कोशिश भी की। लोहे के हाथ दिया कहानियां मेरिया वो करन ते लिखण के विचकार तालमेल वालियां जिन्होंने पढ़िया वो बारे बहुत ही व्याख्या च नहीं मैं जाना, मोहन जी धूनी भुल्लर भाजी जानते हैं उन्होंने कहानियों के बारे। पर करद्या मुल भी धारना पे तारिया, छे सत बार जेल यात्रा भी की। एमरजेंसी के पहला 151 ला के अंदर किया, स्टेट वर्सस वरियाम सिंह संधु, स्टेट को वरियाम सिंह संधु तो खतरा बहुत वड्डा। मेरी बच्ची 5 दिन की सी, आए मैं पुलिस वाले तो चौकी वाले थानेदार साहब मिलना चाहते हैं। मैं क्या चल मिल के आ जाऊँगा कि कोई गल नहीं, मैं घर भी नहीं दस के गया। उत्थे गया कुछ वे थानेदार, उत्थे DSP उत्थे आना ने मिलना है, उत्थे ले गए। रात पै गई, मैं तुम जो काम में ले गया कुछ केस पाड़ा तो दसो मैं आते जी केस तो पाड़ा ही पाड़ा है। अजय ये नहीं साडा फैसला हो रहा, सानू तो कहा भी फड़ लो पर केस पाना कि ये DSP साहब गए बाहर से वो आने फिर तुम दस। तो खैर केस उन्होंने कोई बहुता वड्डा ना पाया, 157 ही पाई, पर उसकी जमानत बड़ी महंगी सी, 2.5 लाख की उस वे जमानत नाल 50,000 का मुचलका। साढ़े कोई रिश्तेदार से पहुंच वाले, उन्होंने कहा SDM को मिल के भी ये जमानत करवानी चाहते हैं। वो कहता जमानत ना करवाओ, कहता नहीं बीबी साड़ी जी पिछे ये बेचारी 5 दिन की बच्ची छड़ के मेरे मगर कचहरी चलाती फिरती सी, वो कहता जी वो हालत नहीं वेखी जाती तो असी यदि जमानत करवाई। मैं भी कहा मैं ना करो करवाई, दूजे हफ्ते मेरे फड़ के फिर DIR ला दिता, तो ला के लै गए वो जाके ब्यास वाले पास उत्थे केस पा दिता, पा के इंटैरोगेशन सेंटर, इंटैरोगेशन सेंटर तो अमृतसर जेल च। महीना मेरी घरवाली पता ही नहीं गा मेरे पति परमेश्वर कितने ने, महीने बाद जेल च पहुंचा तो फिर चिट्ठी लिखी कि मैं दास जी इतने सुख साल पहुँच गया, रात की राजी खुशी परमात्मा तो देख चाहते हैं। ये फिर मिलने वास्ते गई तो वो सा रिश्तेदार से भरा सा लगता वह भी नाल सीगा, तो जरा जेल सुपरिटेंडेंट सीगा वो कहते मैंने यार वरियाम सो बखाओ तो सही जेल मैंने वेख्या जाता थलो लै गया तह तक मैं वेख्या था तो यार तेरे तो सरकार को इतना खतरा जिसम में खतरा ये खतरा देने थोड़ा भी लगता है। गल मैं करता भी वो भी भुगती, कई बार जेल यात्रा में की, जो दूजा दौर आया, दूजा दौर आया 84 वाला जिद मेरी पहला भजिया वाही कहानी जी
छपी सी बड़ी धौली कितने बैठे चले गए। ये जो पहली बार मैंने मिले ना, ये कहते बड़ी कहाड़ी भजिया बाई बड़ी सी है। मैं क्या भी वो वेखते अभी वो केड़िया बाहों वाला बंदा है, है ठीक है ना, कोई इदा इन्हों ने शब्द कहे। कोई तो जतेंद्र मनु साडा हैगा पत्रकार, वो कोई मैं बोलन डा देश भगत हाल से कहता कहता कोई बंदा कहता कौन आ, वो कहना ये बलराम सिंह संधु आ भजिया बाई वाला। वो कहता भजिया बाई वाला बाहों दे दिया ठीक ठाक लगते। खैर वो साडा पिंड मेन बाजार सुर सिंह पिंड मेन बाजार साडा कला एक जट सिखा का घर से, बाकी सारे आसे पासे हिंदू बरादरी से। अज जिद्दी दूर मोड़ी तुड़ी तो बैठे ने रवि उड़ी इतने आ इधर साडा घर का गेट आ, अगले पास बाजार खत्म हो गए तो सामना वो चबाड़े ने जो भजिया बाही में आते हैं। शाम का वेला कुछ गुस्सा जहा खड़ाक जहा आया, जिदा गोली चली के पटाका चलिया, तो मैं बाहर न निकल लगा घरों, तो मेरी घर वाली कहती किधर चले हो, मैं क्या खड़ाक जहा होना वेख कहते गोली नहीं बाज लगती जी बाहर ना जाओ। तो मैं मतलब बेचैन आत्मा मैं बाहर चले गया, जो बाहर गया तो इस पास की दुकान से वेद प्रकाश की, वो कहता वो ना दरवाजा मारी जा रहा ताला ला रहा ना हाथों के कपते पे ना मैंने कहता बराम साहब तू बाहर क्यों निकलिया, वो इधर गोलियां चलाते गए नहीं तो ऐन गए ने इतने आ मंगे सामने मंगे को मारन लगे जी गोली, ये तो ऐन भज गया मंगा केवल जो कहानी से ना वो नाम मंगा से वो ऐन चले गया, तो मैनू मारन लगे मैं बोरिया उल्ले हो गया गोलियां बोरिया च बजी मैं बच गया, तो तू कर दादा तू इतने कर दा अगे खिलाफ होगा जा रहा गोलियां चलती जा रही है। वो चले गया मैं इस पास 100 मीटर के उत्ते देखा और कोई डिग्गा पिया बाजार के बत्तियां जगतियां सी उस वेले ला हो गया, मैं गया देखा कहानी वाला केवल मंगा मरिया होया सी गोली कितने उत्थे बच गई, उत्थे जाके डिग पिया तत्ते गा भज के गया, मैं वह कुछ नहीं सवार सकता। मैं वापस मुड़िया साढ़े घर की कंध के नाल डॉक्टर लाल की दुकान सी, मैं आख्या इधर तो देखा डॉक्टर लाल ने गोली बजी हुई है गले च फसी हुई है घरण घरण सह आ गया, मैं भज के घर में गया बंदा कोई नहीं सब लोग घर तड़ गए ने, कला बलराम सिंह मूर्ख बहादुर सूरमा जो मर्जी कह लो। मैं घर वाली को कहा मैं क्या लाल नू गोलियां मार गए की करिए, कहते उन्हें कर सद भेजो फटाफट इन हस्पताल लैके जाओ, अगे मैनू नहीं पता अगे कि अगे 14 बंद गोलियां मार के गए से अगे गा शुरू शुरुआत इस पास हो गई सी, पहली लाल नू बजी गोली फिर अगे मंगे नू बजी तेरे का अगे चल देगा। एक पल ख्याल लिशकिया मन दे विच इनू जो लैके गए हस्पताल तो जेडे इन्हों मारन वास्ते आए थे उन्होंने ये गल चंगी लगेगी, असी जिन्होंने मारना चाहते हाँ ये किधरों जम पिया सूरमा जोड़ा इन्होंने बचा है इनका हमायती है। मैं घर वाले दखा च अखा पाई तो कहती है भरा है अपना बचाओ, एक छिंदे वर्गा है वो घर सद्या भेजा वोदी घरवाली वो बच्चे रोंद आ गए उन्होंने इन्हें गल ना लाया अपने घर लै गए, असं वो जख्मी लैके चले गए अगे इन्हें चेर सारे घर निकल आए जिन्होंने पता लगा गोलियां बजिया लोग जा रहे ने हस्पताल भीड़ कट्ठी हो गई। उत्थे सी आर पी वाले लड़ के मैं क्या कि इन्होंने हम अमृत क्योंकि डॉक्टर गुरदयाल सिंह उत्थे इंचार्ज वो कहते संधु साहब इन्हों की वर्म पट्टी जिनी मैं कर सकता ही करता है इन्होंने अमृतसर ले जाओगे तो बचणगे नहीं तो इन्हों चो अद्धे बहुते मर जाने हैं, अभी है हम कितने लैके जाइए, वो कहते सी आर पी वाले की जी गड्डी उत्थे कैंप सी आर पी इन्होंने कहो, असं उन्होंने कहा वो आखिर नहीं पिंड में घेरा पाना घेरा हूँ पाना जो वो कर करा के सारा कुछ निकल गया। मैं लड़िया उन्होंने मैं क्या जे सा कोई बंदा होर मर गया ना एक दिन मर गया तो असी सारा पिंडे खिलाफ जोड़ा कि भुगतेंगे देखियो जो कुछ होगा
ਉਹਦਾ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ। ਉਹਨਾਂ ਦੇ ਮਨ 'ਚ ਰਹਿਮ ਆ ਗਿਆ ਸਾਡੇ, ਕਿਉਂਕਿ ਜਿਨ੍ਹਾਂ ਦੇ ਦੰਦੇ ਉਸ ਵੇਲੇ ਜ਼ਖਮੀ ਹੋਏ ਸੀਗੇ ਉਹਨਾਂ ਅੰਦਰ ਵੀ ਗੁੱਸਾ ਫਿਰ ਭਪਕਿਆ ਹੋਇਆ ਸੀ ਸਾਰਾ, ਉਹ ਲੈ ਗਏ। ਉਹ ਬਾਕੀ 13 ਦੇ 13 ਬੰਦੇ ਬਚ ਗਏ, 13 ਦੇ 13 ਬੰਦੇ ਬਚ ਗਏ। ਬਰਾਤ ਨੂੰ ਘਰ ਆਇਆ, ਹੌਸਲਾ ਦਿੱਤਾ ਉਹਦੀ ਘਰਵਾਲੀ ਨੂੰ, ਬੱਚਿਆਂ ਨੂੰ, ਇਹ ਜਾਗਦੇ ਪਏ ਸੀਗੇ। ਅਗਲੇ ਦਿਨ ਤੋਂ ਅਸੀਂ ਉਡੀਕਣ ਲੱਗ ਪਏ ਵੀ ਹੁਣ ਉਹ ਵੀ ਆਉਣਗੇ ਜਿਹੜੇ ਗੋਲੀਆਂ ਚਲਾ ਕੇ ਗਏ ਸੀ। ਉਡੀਕਦੇ ਪਏ, ਡਰਦੇ ਪਏ ਅੰਦਰੋਂ। ਤੇ ਲਗਭਗ 15 ਦਿਨਾਂ ਦੇ ਬਾਅਦ ਸਾਡੀਆਂ ਕੰਧਾਂ ਦੇ ਉੱਤੋਂ ਡਗੜ ਡਗੜ ਦੀਆਂ ਆਵਾਜ਼ਾਂ ਆਈਆਂ ਤੇ ਮੈਂ ਇਹਦੇ ਵੱਲ ਦੇਖਿਆ, ਮੈਂ ਕਿਹਾ ਆ ਗਏ। ਉਹਨਾਂ ਨੇ ਆ ਕੇ ਸਾਈਡ 'ਤੇ ਇੱਕ ਦਰਵਾਜ਼ਾ ਸੀ ਸਾਡਾ ਬੈਡਰੂਮ ਦਾ, ਜ਼ੋਰ ਦੀ ਮਾਰਿਆ, ਬੂਹਾ ਖੋਲੋ, ਖੁੱਲ੍ਹਣਾ ਸੀ ਦਰਵਾਜ਼ਾ ਖੋਲ੍ਹਣ ਵਾਸਤੇ। ਮੈਂ ਅੱਗੇ ਹੋਇਆ, ਮੈਂ ਕੁੰਡੀ ਨੂੰ ਹੱਥ ਪਾਉਣ ਲੱਗਾ, ਇਹਨੇ ਮੇਰੇ ਲੱਕ ਨੂੰ ਜੱਫਾ ਪਾ ਲਿਆ। ਕਹਿੰਦੀ ਤੁਸੀਂ ਨਹੀਂ ਦਰਵਾਜ਼ਾ ਖੋਲੋਗੇ, ਕਿਉਂਕਿ ਉਸ ਵੇਲੇ ਦਰਵਾਜ਼ਾ ਖੋਲ੍ਹਣਾ ਹੈ ਅਤੇ ਕਰਾਂ ਤਰ੍ਹਾਂ ਦਾ ਹੋਣੀ ਹੈ ਬਸ, ਠੀਕ ਹੈ ਨਾ, ਤੁਸੀਂ ਨਹੀਂ ਖੋਲੋਗੇ, ਮੈਂ ਖੋਲ੍ਹਦੀ ਹਾਂ ਦਰਵਾਜ਼ਾ। ਪਦੋ ਪਦੀ ਮੇਰੇ ਅੱਗੇ ਹੋ ਗਈ, ਕੁੰਡੀ ਖੋਲ੍ਹ ਦਿੱਤੀ ਤੁਹਾਡੇ ਸਾਹਮਣੇ, ਇਹਨੂੰ ਮੈਂ ਸਲਾਮ ਕਰਦਾ। ਆਪਣੇ ਪਤੀ ਦੀ ਗੋਲੀ ਆਪਣੀ ਹਿੱਕ ਉੱਤੇ ਲੈਣ ਵਾਸਤੇ ਔਰਤ ਤਿਆਰ ਹੋ ਗਈ ਆ। ਅੱਗੇ ਸੱਚਮੁੱਚ ਉਹਦਾ ਥਾਣੇਦਾਰ ਨੇ ਰਿਵਾਲਵਰ ਐ ਕੀਤਾ ਤੇ ਹੌਲਦਾਰ ਨੇ ਬੰਦੂਕ ਐ ਸਿੱਧੀ ਕੀਤੀ ਆ, ਤੇ ਅਸੀਂ ਸੋਚਿਆ ਵੀ ਪੁਲਿਸ ਦੀ ਵਰਦੀ 'ਚ ਆ ਗਏ। ਅਗਲੇ ਭੱਜ ਲਾ, ਕਿੱਥੇ ਭੱਜਦਾ ਤੂੰ, ਭੱਜਣਾ ਮੇਰੇ ਕਿੱਥੇ ਆ, ਭੱਜਿਆ ਜਾ ਨਾ ਦੇਣਗੇ ਮੇਰੇ ਵੀਰ ਕਹਿ ਜਿਹਾ ਲੈ ਕੇ ਮੈਨੂੰ ਫੜ ਕੇ ਤੇ ਤੁਰ ਪਏ। ਉਹ ਗੱਲ ਮੈਂ ਛੱਡਦਾ ਆ, ਕੇਸ ਉਹ ਸੱਚੀ ਪੁਲਿਸ ਵਾਲੇ ਸੀਗੇ ਦੂਜੇ ਦੀ, ਕੇਸ ਮੇਰੇ ਤੇ ਇਹ ਪਾ ਦਿੱਤਾ ਕਿ ਸੁਰ ਸਿੰਘ ਪਿੰਡ ਵਿੱਚ ਜਿਹੜੀ ਗੋਲੀ ਚੱਲੀ ਆ ਜਿਹਦੇ 'ਚ ਇੱਕ ਬੰਦੇ ਦਾ ਕਤਲ ਹੋਇਆ ਤੇ 13 ਬੰਦੇ ਜ਼ਖਮੀ ਹੋਏ ਨੇ, ਇਹ ਕਤਲ ਤੂੰ ਕੀਤਾ ਆ ਤੇ 13 ਬੰਦਿਆਂ ਨੂੰ ਗੋਲੀਆਂ ਤੂੰ ਮਾਰੀਆਂ ਨੇ, ਤੇ ਸਾਬਤ ਤੂੰ ਹੁਣ ਕਰਨਾ ਵੀ ਤੂੰ ਕਤਲ ਨਹੀਂ ਕੀਤਾ, ਤੂੰ ਕਾਤਲ ਨਹੀਂ ਹੈਗਾ ਤੇ ਤੂੰ ਗੋਲੀ ਚਲਾਉਣ ਚਾਲਕ ਨਹੀਂ ਹੈਗਾ। ਉਹ ਮੈਂ ਕਿਵੇਂ ਬਾਹਰ ਆਇਆ, ਕਿਵੇਂ ਛੁੱਟਿਆ ਤੇ ਕਿਵੇਂ ਮੇਰੀ ਘਰਵਾਲੀ ਮਗਰੋਂ ਕਤਲ ਦਾ ਕੇਸ ਪੈ ਜਾਣ ਕੇ ਤੇ ਰੋ ਰੋ ਕੇ ਤੇ ਫੁੜਕ ਫੁੜਕ ਕੇ ਮੰਜੇ ਤੋਂ ਡਿੱਗਦੀ ਸੀ ਤੇ ਅੰਡ ਦਾ ਗਵਾਂਢਣਾ ਜਿਹੜੀਆਂ ਸੀਗੀਆਂ ਉਹ ਆਉਂਦੀਆਂ ਸੀਗੀਆਂ ਤੇ ਤਾਰੇ ਲਾਭ ਚੱਲਦੀ ਘਰਵਾਲੀ ਕਹਿੰਦੀ ਆ ਪੁੱਤ ਫਿਰ ਸਰਕਾਰਾਂ ਨਾਲ ਮੱਥਾ ਨਹੀਂ ਸੀ ਨਾ ਲਾਉਣਾ ਪੁੱਤ ਨੂੰ ਚਾਹੀਦਾ, ਸਰਕਾਰ ਨਾਲ ਮੱਥਾ ਲਾਓਗੇ ਤੇ ਫਿਰ ਇਸ ਤਰ੍ਹਾਂ ਤੇ ਹੋਣਾ ਹੀ ਆ, ਹੁਣ ਕੀ ਗੱਲ ਕਰੀਏ ਹੈ ਨਾ। ਤੇ ਸਰਕਾਰਾਂ ਨਾਲ ਤੇ ਮੱਥਾ ਤੇ ਨਹੀਂ ਸੀ ਲਾਇਆ, ਮੱਥਾ ਲਾਇਆ ਸੀ ਆਪਣੇ ਅੰਦਰ ਦੇ ਸੱਚ ਨਾਲ, ਮੱਥਾ ਲਾਇਆ ਸੀ ਆਪਣੇ ਕਿਰਦਾਰ ਦੇ ਨਾਲ ਕਿ ਗਵਾਂਢੀ ਭਰਾ ਹਿੰਦੂ ਹੋਣ ਕਰਕੇ ਡਰਦਾ ਹੋਇਆ ਮੈਂ ਨਾ ਬਚਾਵਾਂ ਕਿ ਕੱਲ੍ਹ ਨੂੰ ਮੈਨੂੰ ਗੋਲੀ ਮਾਰ ਜਾਣਗੇ, ਇਹ ਨਾ ਮੇਰੀ ਘਰਵਾਲੀ ਨੇ ਬਰਦਾਸ਼ਤ ਕੀਤਾ ਸੀ ਤੇ ਨਾ ਮੈਂ ਕੀਤਾ ਸੀ। ਇਸ ਕਿਰਦਾਰ ਨੂੰ ਨਾਲ ਲੈ ਕੇ ਜ਼ਿੰਦਗੀ ਭਰ ਚੱਲਣ ਦੀ ਕੋਸ਼ਿਸ਼ ਕੀਤੀ ਆ, ਬੜੀ ਵਾਰ ਮਰਨ ਨੂੰ ਬਚਿਆ, ਬੜੀ ਵਾਰ ਮਰਨ ਨੂੰ ਬਚਿਆ। ਇੱਕ ਵਾਰ ਸਕੂਲ ਸਾਡਾ, ਮੈਂ ਪਿੰਡ ਦੇ ਸਕੂਲ 'ਚ ਪੜ੍ਹਾਇਆ, ਸਾਡਾ ਹੈੱਡ ਮਾਸਟਰ ਹਿੰਦੂ ਸੀ, ਸ਼ਹਿਰੋਂ ਆਉਂਦਾ ਸੀਗਾ, ਅਸੀਂ ਸ਼ਾਮ ਨੂੰ ਵਾਲੀਬਾਲ ਖੇਡਦੇ ਸੀ, ਮੁੰਡੇ ਮੈਨੂੰ ਵਾਲੀਬਾਲ ਵਾਲੇ ਖੇਡਦੇ ਕਹਿੰਦੇ ਭਾਅ ਜੀ ਅੱਜ ਕਿ ਨਹੀਂ ਆਏ ਸੀਗੇ ਸਿੰਘ, ਅਤੇ ਸਕੂਲ ਦੇ ਚੱਕਰ ਮਾਰ ਕੇ ਅਤੇ ਕਹਿੰਦੇ ਸੀ ਵੀ ਉਹ ਸਿਰ ਘਸਿਆ ਆਉਂਦਾ ਹੁੰਦਾ ਕਿ ਨਹੀਂ ਆਉਂਦਾ ਆ ਕੇ, ਅਤੇ ਅਸੀਂ ਆਖਿਆ ਆਉਂਦਾ ਹੁੰਦਾ, ਕਹਿੰਦਾ ਕੋਈ ਨਹੀਂ ਫਿਰ ਉਹਨੂੰ ਮਿਲਣ ਆਵਾਂਗੇ। ਅਤੇ ਉਹ ਵਿਚਾਰਾ ਅਗਲੇ ਦਿਨ ਮੈਨੂੰ ਕਹਿੰਦਾ ਵੀ ਮੈਨੂੰ ਬਚਾ ਕਿਸੇ ਤਰੀਕੇ ਨਾਲ, ਡਿਊਟੀ ਵੀ ਮੈਨੂੰ ਦੇਣੀ ਪੈਣੀ ਆ, ਮੈਂ ਕੀ ਕਰਾਂ, ਤੂੰ ਇੰਚਾਰਜ ਬਣ ਜਾ ਸਕੂਲ ਦਾ। ਮੈਂ ਕਿਹਾ ਵੀ ਮੈਂ ਕਿਵੇਂ ਬਣਾ, ਮੈਂ 3 ਨੰਬਰ 'ਤੇ ਆ, 2 ਨੰਬਰ 'ਤੇ ਮਦਨ ਮੋਹਨ ਨੂੰ ਪੜ੍ਹਾ। ਮਦਨ ਮੋਹਨ ਕਹਿੰਦਾ ਕਿਉਂ ਮੈਨੂੰ ਚਾਰ ਨਹੀਂ ਪਿਆਰੀ, ਮੈਂ ਨਹੀਂ ਗਾ ਪੜ੍ਹਦਾ, ਸਾਰੇ ਕਹਿੰਦੇ ਤੂੰ ਪੜ੍ਹ ਜਾ ਕੋਈ ਨਹੀਂ। ਮੈਂ ਇੱਥੇ ਜਾ ਕੇ ਕੋਈ ਨਹੀਂ ਲੱਗਦਾ ਪਿਓ ਦਾ ਪੁੱਤ, ਪੜ੍ਹਾਉਂਦਾ ਹੀ ਕੋਈ ਨਹੀਂ ਗਾ, ਜਮਾਤ 'ਚ ਹੀ ਕੋਈ ਨਹੀਂ ਗਾ ਜਾਂਦਾ, ਮੈਂ
ਜਮਾਤਾਂ ਲਾਉਣੀਆਂ ਅਤੇ ਪੜ੍ਹਾਉਣਾ ਵੀ ਆ। ਉਹ ਕਹਿੰਦੇ ਆ ਕਿ ਅਸੀਂ ਭਾਅ ਜੀ ਪੜ੍ਹਾਇਆ ਕਰਾਂਗੇ, ਤੁਸੀਂ ਲੈ ਲਓ ਜ਼ਿੰਮੇਵਾਰੀ। ਮੈਂ ਲੈ ਲਈ, ਉਹ ਨਹੀਂ ਆਇਆ। ਉੱਥੇ ਸਕੂਲ ਲੱਗਣਾ ਸ਼ੁਰੂ ਹੋ ਗਿਆ, ਪੜ੍ਹਾਈ ਵੀ ਆਉਣੀ ਸ਼ੁਰੂ ਹੋ ਗਈ, ਇਲਾਕੇ 'ਚ ਮਸ਼ਹੂਰ ਹੋ ਗਿਆ ਕਿ ਜਿੱਥੇ ਕਦੀ ਵੀ ਨਹੀਂ ਪੜ੍ਹਦਾ। ਅਤੇ ਬਰਿਆਮ ਸਿੰਘ ਜਦੋਂ ਦਾ ਆਪਣਾ ਹੈਡਮਾਸਟਰ ਬਣ ਗਿਆ ਨਾ, ਸਕੂਲ 'ਚ ਪੜ੍ਹਾਈ ਹੋਣੀ ਸ਼ੁਰੂ ਹੋ ਗਈ ਆ, ਅਤੇ ਦਾਸ ਹੈਡਮਾਸਟਰ ਦੇ ਤੌਰ 'ਤੇ ਮਸ਼ਹੂਰ ਹੋ ਗਏ। ਅਤੇ ਇੱਕ ਦਿਨ ਮੈਂ ਮੇਨ ਗੇਟ ਦੇ ਨਾਲ ਦਰਵਾਜ਼ਾ ਲਾ ਕੇ ਅਤੇ ਖੜ੍ਹਾ ਸੀਗਾ ਪੜ੍ਹਾ ਰਿਹਾ ਨਾਲ ਸ਼ੈਡ 'ਚ ਬੱਚਿਆਂ ਨੂੰ, ਮੋਟਰਸਾਈਕਲ ਰੁਕਿਆ ਅਤੇ ਇੱਕ ਮੁੰਡਾ ਮੇਰੇ ਕੋਲ ਦਸਵੀਂ ਦਾ ਆਇਆ ਕੋਈ ਗੱਲ ਪੁੱਛਣ ਵਾਸਤੇ। ਅਤੇ ਮੈਂ ਕਿਹਾ ਵੀ ਆਹ ਮੋਟਰਸਾਈਕਲ ਰੁਕਿਆ, ਸਾਹਮਣੇ ਵੇਖ ਅਕਾਊਂਟ ਹੈ। ਉਹ ਗਾਹ ਹੋ ਗਏ, ਉਹ ਕਹਿੰਦਾ ਜੀ ਇਹ ਦੋ ਜਣੇ ਨੇ ਮੋਟਰਸਾਈਕਲ 'ਤੇ, ਇਹ ਪੁੱਛਦੇ ਆ ਹੈਡਮਾਸਟਰ ਸਾਹਿਬ ਕਿੱਥੇ ਨੇ। ਅਤੇ ਮੈਂ ਕਿਹਾ ਆਹ ਸਾਹਮਣੇ ਇੱਥੇ ਖੜੋਤੇ ਆ। ਮੈਂ ਗਾਹ ਹੋਇਆ, ਉਹਦੇ ਤੁਹਾਨੂੰ ਮਿਲਣਾ ਚਾਹੁੰਦੇ, ਮੈਂ ਗਾਹ ਹੋਇਆ। ਅਗਲਾ ਜਿਹੜਾ ਉਹ ਤੇ ਮੋਟਰਸਾਈਕਲ ਨੂੰ ਉਹਨੇ ਉਹਦੇ ਹੱਥ ਨੇ ਹੈਂਡਲਾਂ ਨੂੰ, ਅਤੇ ਜਿਹੜਾ ਪਿਛਲਾ ਹੈ ਉਹਨੇ ਲੋਈ ਦੇ ਵਿੱਚੋਂ ਸਟੇਨ ਐਂ ਕੀਤੀ। ਅਤੇ ਜਿਵੇਂ ਮੈਂ ਜੇ ਅੱਜ ਭਾਸ਼ਣ 'ਚੋਂ ਕਰਨਾ ਸੀ ਤੁਹਾਡੇ ਕੋਲ ਰੂਬਰੂ ਦੇ ਵਿੱਚ, ਲੇਕਿਨ ਉੱਥੇ ਕਿਹੜਾ ਕੋਈ ਮਾਈ ਦਾ ਲਾਲ ਪੁੱਛਦਾ ਹੁੰਦਾ ਸੀਗਾ ਕਿ ਉਹਨੇ ਵੇਖਣਾ ਸੀ ਅਤੇ ਕਹਿ ਹੋਣਾ ਸੀਗਾ। ਪਤਾ ਨਹੀਂ ਉਹਦੇ ਮਨ ਵਿੱਚ ਕਿਤੇ ਖਿਆਲ ਆ ਗਿਆ ਵੀ ਆਪਾਂ ਤਾਂ ਜਿਹੜੇ ਬੰਦੇ ਦੀ ਕਲਪਨਾ ਕਰਕੇ ਆਏ ਹਾਂ ਉਹ ਤਾਂ ਹੋਰ ਸੀ ਜਿਹੜਾ ਸਾਨੂੰ ਦੱਸਿਆ ਗਿਆ, ਇਹ ਤਾਂ ਪੱਗ ਵਾਲਾ ਬੰਦਾ ਕੋਈ। ਉਹਨੇ ਅਗਲੇ ਨੂੰ ਅਰਕ ਮਾਰੀ, ਅਰਕ ਐਂ ਕਰਕੇ ਮਾਰੀ ਦੀ ਗੋਲੀ, ਉਹਦਾ ਮਤਲਬ ਸੀ ਵੀ ਇਹ ਤਾਂ ਉਹ ਨਹੀਂ ਲੱਗਦਾ ਬੰਦਾ। ਅਤੇ ਅਗਲੇ ਨੇ ਬੇੜਾ ਸੰਭਾਲ ਲਿਆ, ਇਹ ਛਿਣ ਦੀ ਗੱਲ ਸੀ, ਇੱਕ ਛਿਣ ਬਚ ਗਿਆ। ਅਗਲਾ ਕਹਿੰਦਾ ਜੀ ਅਸੀਂ ਨਾ ਮਿਲਣ ਆਏ ਹਾਂ ਦਸਵੀਂ ਜਮਾਤ ਦੇ ਗੁਰਮੁਖ ਨੂੰ। ਮੈਂ ਉਸੇ ਮੁੰਡੇ ਨੂੰ ਕਿਹਾ ਮੈਂ ਹਾਂ ਉਹ ਦਸਵੀਂ ਦੇ ਗੁਰਮੁਖ ਨੂੰ ਲਿਆ ਸਕਦੇ, ਅਤੇ ਆਪ ਮੈਂ ਫਿਰ ਛੱਡ ਦੇ ਪਰਲੇ ਪਾਸੇ ਹੋ ਗਿਆ, ਕਿਉਂਕਿ ਉੱਥੇ ਤਾਲਾ ਲੱਗਾ ਹੋਇਆ ਬਾਹਰਲੇ ਮੇਨ ਗੇਟ ਨੂੰ। ਜਿਸ ਵੇਲੇ ਮੈਂ ਘਰ ਆਇਆ ਮੁੰਡਾ ਦਸਵੀਂ ਵਾਲੇ ਮੁੰਡੇ ਵੱਲ ਪਰਸੇ ਨੂੰ ਗਿਆ, ਅਤੇ ਉਹਨਾਂ ਨੇ ਉਸੇ ਵੇਲੇ ਗਿੱਲੀ ਲੱਪੀ ਅਤੇ ਭਜਾ ਕੇ ਮੋਟਰਸਾਈਕਲ ਲੈ ਗਏ। ਮੁੰਡਾ ਆ ਗਿਆ ਹੱਸਦਾ ਹੱਸਦਾ, ਮੈਨੂੰ ਕਹਿੰਦਾ ਭਾਅ ਜੀ ਆਪਣੀ ਦਸਵੀਂ ਜਮਾਤ 'ਚ ਦੋ ਸੈਕਸ਼ਨਾਂ 'ਚ ਗੁਰਮੁਖ ਹੈ ਕੋਈ ਨਹੀਂ। ਮੈਂ ਕਿਹਾ ਮੈਨੂੰ ਵੀ ਪਤਾ ਗੁਰਮੁਖ ਹੈ ਜੀ। ਉਹਨਾਂ ਨੇ ਸਿਰਫ ਜਾਣ ਦਾ ਬਹਾਨਾ ਲੱਭਿਆ ਸੀ। ਇੱਕ ਵਾਰ ਪਰਿਵਾਰ ਸਮੇਤ ਸੋਧ ਦੇਣ ਦਾ ਫੈਸਲਾ ਹੋ ਗਿਆ। ਟੀਟੀ ਮਾਸਟਰ ਜਿਹੜਾ ਸੀ ਉਹ ਮੁੰਡਿਆਂ ਨੂੰ ਕੁੰਡੀ ਖਿਡਾਈ ਜਾਂਦਾ ਹੁੰਦਾ ਸੀਗਾ। ਮੈਂ ਆਖਿਆ ਉਹ ਪੜ੍ਹਾ ਲੈਂਦਾ ਕਰ, ਇੱਕ ਪੀਰੀਅਡ ਮੇਰਾ ਤਾਂ ਛੱਡਿਆ ਕਰ। ਉਹ ਮੁੰਡਿਆਂ ਨੂੰ ਮੈਂ ਆਖਿਆ ਉਹ ਕਹਿੰਦਾ ਕੋਈ ਨਹੀਂ ਪਰਵਾਹ ਨਾ ਕਰੋ ਤੁਸੀਂ, ਤੁਹਾਨੂੰ ਕੋਈ ਕੁਛ ਨਹੀਂ ਆਖ ਸਕਦਾ। ਮੈਂ ਕਿਹਾ ਐਂ ਤਾਂ ਬਰਿਆਮ ਤੋਂ ਨਹੀਂ ਫਿਰ ਕਰਨ ਦਊਗਾ। ਅਗਲੇ ਦਿਨ ਕੁੰਡੀ ਖੇਡਣ ਟਾਈਮ ਮੁੰਡਾ, ਮੈਂ ਚਲੋ ਕੱਪੜੇ ਪਾਓ ਜਾ ਕੇ ਪੀਰੀਅਡ ਲਾਓ ਤੁਸੀਂ। ਉਹ ਪੀਟੀ ਨੇ ਮੈਨੂੰ ਕੁਛ ਨਹੀਂ ਆਖਿਆ, ਉਹ ਪਰਲੇ ਪਾਸੇ ਪੁੱਛਾ ਪਰੋੜੀ ਗਿਆ। ਮੈਂ ਮੁੰਡਿਆਂ ਨੂੰ ਕੱਪੜੇ ਪਵਾ ਕੇ ਅਤੇ ਕਲਾਸ ਲਵਾ ਦਿੱਤੀ ਆ ਕੇ। ਉਸੇ ਰਾਤ ਕਿਤੇ ਉਹ ਵੱਡੇ ਨਸ਼ਹਿਰਾ ਢਾਲਾ ਹੈਗਾ, ਉੱਥੇ ਦੇ ਬਹੁਤ ਵੱਡੇ ਸਮੱਗਲਰ, ਸਭ ਤੋਂ ਵੱਡੇ ਸਮੱਗਲਰ ਸੀ, ਉਹਨਾਂ ਦਾ ਮੁੰਡਾ ਸੀ, ਨੌਕਰੀ ਸ਼ੌਕ ਨਾਲ ਹੀ ਕਰਦਾ ਸੀਗਾ। ਰਾਤ ਨੂੰ ਉਹਨਾਂ ਦੇ ਕੋਲ ਸਿੰਘ ਆ ਗਏ ਅਤੇ ਉਹ ਪੁੱਛਦੇ ਆ ਕੋਈ ਮਾਸਟਰ ਜੀ ਕੋਈ ਬੰਦਾ ਤੰਗ ਤੁੰਗ ਤਾਂ ਨਹੀਂ ਕਰਦਾ? ਉਹਦਾ ਹੈਗਾ ਸਾਡੇ ਕਾਮਰੇਡ, ਸੰਤਾਂ ਨੂੰ ਬਹੁਤ ਦਬਾ ਦਬਾ ਬੋਲਦਾ, ਪਤਾ ਫਿਰ ਕੀ ਕਰੀਏ, ਸੋਧ ਦਈਏ? ਪਤਾ ਜੀ ਇਹੋ ਜਿਹੇ ਬੰਦੇ ਤਾਂ ਸੋਧਣੇ ਚਾਹੀਦੇ ਪਾਪੀ। ਫੈਸਲਾ ਹੋ ਗਿਆ ਤੇ ਵੀ ਫਿਰ ਪਰਿਵਾਰ ਸਮੇਤ ਹੀ ਸੋਧਾਂਗੇ। ਇਹ ਕੋਈ ਮੈਂ ਫਿਕਸ਼ਨ ਨਹੀਂ ਸੁਣਾ ਰਿਹਾ ਤੁਹਾਨੂੰ, ਇਹ ਗੱਲ ਮੈਨੂੰ ਇਸ ਘਟਨਾ ਤੋਂ 18 ਸਾਲ ਬਾਅਦ ਉਸ ਬੰਦੇ ਨੇ ਦੱਸੀ ਜਿਹੜਾ ਮੇਰਾ ਯਾਰ ਸੀਗਾ, ਪੀ ਟੀ ਦੇ ਪਿੰਡ ਦਾ ਸੀਗਾ ਅਤੇ ਪੀ ਟੀ ਦਾ ਉਸਤਾਦ ਸੀਗਾ ਅਤੇ ਪੀ ਟੀ ਨੂੰ ਪਿਓ ਵਾਂਗ ਸਮਝਦਾ ਅਤੇ ਪਿਓ ਵਾਂਗ ਮੈਨੂੰ ਵੀ ਸਮਝਦਾ ਸੀਗਾ, ਪਰ ਹਉਮੈ ਦਾ ਟਾਕਰਾ ਹੋ ਗਿਆ। ਉਹਨੇ ਕਿਹਾ ਜੀ ਉਹ ਹੈਗਾ, ਉਹ ਕਹਿੰਦੇ ਚੰਗਾ ਫਿਰ ਪਰਿਵਾਰ ਸਮੇਤ ਹੀ ਸੁਣਦਾਂਗੇ। ਅਗਲੇ ਦਿਨ ਆ ਕੇ ਅਤੇ ਆਪਣੇ ਇੱਕ ਯਾਰ ਨੂੰ ਦਰਸ਼ਨ ਨੂੰ ਕਹਿੰਦਾ, ਦਰਸ਼ਨ ਸਿਆ ਇਹ ਬੜਾ ਫੰਨੇਖਾ ਬੜਾ ਫਿਰਦਾ ਸੀ ਨਾ, ਬਸ ਦੋ ਜਾਂ ਤਿੰਨਾਂ ਦਿਨਾਂ ਦੀ ਗੱਲ ਨਹੀਂ, ਸਾਰੀ ਸਾਰਾ ਟੱਬਰ ਸਮੇਤ ਨਾਲ ਸੋਧਿਆ ਅਤੇ ਆਖੀ। ਉਹਨੇ ਉਹ ਮੇਰਾ ਬੀ ਐਡ ਦਾ ਜਮਾਤੀ ਸੀ ਦਰਸ਼ਨ, ਉਹ ਕਹਿੰਦਾ ਘਬਰਿਆ ਤੂੰ ਕੀ ਐਮ ਕਾਲੀ ਗੱਲ ਕੀਤੀ ਆ, ਉਹ ਇਹ ਤੁਹਾਡੀ ਕਾਹਦੀ ਦੁਸ਼ਮਣੀ ਹੈ? ਤੂੰ ਉਹਨੂੰ ਵੱਡੇ ਭਰਾਵਾਂ ਵਾਂਗੂ ਆਦਰ ਕਰਦਾ ਸੀ ਤੁਹਾਡਾ, ਤੇਰਾ ਉਸਤਾਦ ਉਹਦਾ ਯਾਰ ਹੈ ਆਪਸ ਵਿੱਚ, ਤੂੰ ਇਹ ਕੀ ਪਤਾ? ਫਿਰ ਇਹ ਤਾਂ ਗੱਲ ਕਹਿ ਬੈਠੇ ਆ ਪਤਾ। ਫਿਰ ਹੁਣ ਉਹਨਾਂ ਉਸੇ ਵੇਲੇ ਮੋਟਰਸਾਈਕਲ ਚੁੱਕਿਆ, ਉਹਦੇ ਉਸਤਾਦ ਨੂੰ ਲਿਆ ਨਾਲ, ਤਿੰਨ ਅਗਲੇ ਦਿਨ ਸਾਡੀ ਸੁਲਾਹ ਕਰਾ ਦਿੱਤੀ। ਉਹ ਮੈਨੂੰ ਕਹਿੰਦੇ ਵੀ ਤੁਸੀਂ ਭਾਅ ਜੀ ਇਹਨੂੰ ਮਾਫ਼ ਕਰ ਦਿਓ, ਤੂੰ ਵੀ ਚੱਲੋ ਭਾਅ ਜੀ ਤੋਂ ਮਾਫ਼ੀ ਮੰਗ। ਸਾਡੀ ਜੱਫੀ ਪੈ ਕੇ ਮੈਨੂੰ ਚਿੱਤਾ ਭੁੱਲ ਗਿਆ। ਕਾਮ ਸਿੰਘ ਸੀ ਉਹਦਾ ਉਸਤਾਦ, ਉਹ ਮੈਨੂੰ 18 ਸਾਲ ਬਾਅਦ ਮੈਨੂੰ ਜਲੰਧਰ ਵਾਲੇ ਘਰ 'ਚ ਕਹਿੰਦਾ, ਭਾਅ ਜੀ ਕਿਤੇ ਸਰਬਜੀਤ ਦੇ ਨਾਲ ਕਿਤੇ ਤੁਹਾਡਾ ਇੱਟ ਖੜਿੱਤਾ ਹੋਇਆ? ਮੈਂ ਨਾ,
ਮੈਂ ਕਿਹਾ ਉਹ ਤਾਂ ਬਹੁਤ ਪਿਆਰਾ ਬੱਚਾ ਸੀਗਾ, ਮੇਰੇ ਨਾਲ ਬਹੁਤ ਮੁਹੱਬਤ ਕਰਦਾ ਸੀ, ਤੇਰੇ ਕਰਕੇ ਹੋਰ ਵੀ ਬੜਾ ਆਦਰ ਕਰਦਾ ਸੀ। ਨਹੀਂ ਇਹ ਕਿਤੇ ਗੱਲ ਹੋਈ ਸੀ ਕੋਈ ਗੱਲ, ਮੈਂ ਕਿਹਾ ਹੋਈ ਕੋਈ, ਮੈਨੂੰ ਜਲ ਭੁੱਲ ਚੁੱਕੀ ਸੀ। ਉਹ ਕਹਿੰਦੇ ਕਹਿੰਦੇ ਕੌਡੀ ਤੋਂ ਹੋਈ ਸੀ। ਹਾਂ ਹਾਂ ਯਾਰ ਕੌਡੀ ਤੋਂ ਬਾੜੀ ਜਿਹੀ, ਪਰ ਅਗਲੇ ਦਿਨ ਸੁਲਾਹ ਹੋ ਗਈ। ਉਹ ਕਹਿੰਦੇ ਨੇ ਭਾਅ ਜੀ ਉਹ ਤਾਂ ਬੜੀ ਵੱਡੀ ਗੱਲ ਹੋ ਚੱਲੀ ਸੀ। ਉਹ ਕਹਿੰਦੇ ਜਦੋਂ ਉਹਨੇ ਕਹਿ ਦਿੱਤਾ ਉਹਨਾਂ ਨੂੰ, ਤੇ ਮੈਨੂੰ ਅਗਲੇ ਦਿਨ ਉਹ ਮਿਲੇ ਆ ਕੇ, ਤੇ ਫਿਰ ਅਸੀਂ ਉਹਨਾਂ ਬੰਦਿਆਂ ਨੂੰ ਲੱਭਣਾ ਸ਼ੁਰੂ ਕੀਤਾ। 6 ਦਿਨ ਤੁਸੀਂ ਯਾਦ ਹੋ ਗਿਆ ਤੁਹਾਨੂੰ, ਕਹਿੰਦੇ 6 ਦਿਨ ਉਹ ਸਕੂਲੇ ਵੀ ਗਏ ਦੋਵੇਂ ਜਿਹੜੇ ਦਰਸ਼ਨ ਤੇ, ਉਹ ਤੇ ਮੈਂ ਤਿੰਨੇ ਲੱਭਦੇ ਰਹੇ, ਕਦੀ ਐਸ ਬੈਗ ਤੇ ਕਦੀ ਉਸ ਬੈਗ ਤੇ। ਤੇ ਇੱਕ ਦਿਨ ਰਾਤ ਨੂੰ ਗੱਗੋ ਬੂਹੇ ਪਿੰਡ ਦੇ ਵਿੱਚ ਰਾਤ ਨੂੰ ਮਿਲ ਗਏ, ਤੇ ਵੇਹਦੇ ਸਾਰੇ ਕਹਿੰਦੇ ਮਾਸਟਰ ਜੀ ਕਿਉਂ ਘਬਰਾਉਂਦੇ ਹੋ, ਤਿੰਨ ਦੋ ਚਾਰ ਹੀ ਉੱਤੇ ਹੋਏ ਨੇ, ਉਹਦੇ ਤਿੰਨ ਹੀ ਹੋਏ, ਜੇ ਇਕੱਲੇ ਨੂੰ ਮਾਰਨਾ ਹੁੰਦਾ ਤੇ ਸਕੂਲੇ ਜਾ ਕੇ ਜਦੋਂ ਮਰਜ਼ੀ ਰੇਡ ਆਉਂਦੇ। ਫੈਸਲਾ ਹੋਇਆ ਸੀਗਾ ਵੀ ਪਰਿਵਾਰ ਸਮੇਤ ਹੀ ਸੋਧਣਾ, ਤੇ ਘਰ ਦੀ ਅਸੀਂ ਲੋਕੇਸ਼ਨ ਦਾ ਪਤਾ ਕਰ ਲਿਆ। ਬਾਜ਼ਾਰ ਵਿੱਚ ਉਹਦਾ ਘਰ ਆ, 10 ਫੁੱਟ ਉੱਚੀ ਬਾਹਰਲੀ ਕੰਧ ਆ, ਪੱਖਾ ਲਾ ਕੇ ਬਾਹਰ ਗਰਮੀਆਂ ਵਿੱਚ ਸੌਂਦੇ ਆ। 2 ਦਿਨ ਹੋਰ ਡਿੱਗੋ ਤੇ ਤੁਹਾਨੂੰ ਸ਼ੁਭ ਸਮਾਚਾਰ ਮਿਲ ਜਾਊਗਾ। ਉਹਨਾਂ ਨੇ ਹੱਥ ਜੋੜੇ ਤਾਲਦਿਆਂ ਨੇ ਵੀ, ਇਹ ਤੇ ਫੂਟਖਤਾਵੇ ਨਿੱਕੀ ਜਿਹੀ ਗੱਲ ਤੋਂ ਲੜ ਪਏ ਸੀਗੇ। 13 ਦਿਨ 16 ਸਫਾਈ ਵੀ ਹੋ ਗਈ ਹੈ, ਤੇ ਕਿਤੇ ਕਹਿਰ ਤੱਕ ਮਾ ਲਓ, ਪਤਾ ਨਹੀਂ ਉਹਨਾਂ ਨੇ ਕਿਵੇਂ ਕਨਵਿੰਸ ਕੀਤਾ। ਇਹ ਗੱਲ ਮੈਨੂੰ ਕਾਹਨ ਸਿੰਘ ਦੱਸਦਾ ਪਿਆ, 18 ਸਾਲ ਮੈਂ ਉਹਨਾਂ ਬੰਦਿਆਂ ਦੀ ਵਡਿਆਈ, ਮੈਂ ਹੀਰੇ ਬੰਦੇ ਕਿੰਨਾ ਉਹਨਾਂ ਨੂੰ, ਨਾ ਦਰਸ਼ਨ ਸਿੰਘ ਨੇ ਮੈਨੂੰ ਕਦੀ ਦੱਸਿਆ ਸੀ ਵੀ ਅਸੀਂ ਤੈਨੂੰ ਬਚਾਉਣ ਵਾਸਤੇ ਆ ਕੁਛ ਕੀਤਾ, ਨਾ ਮੈਨੂੰ ਕਾਹਨ ਸਿੰਘ ਨੇ 18 ਸਾਲ ਦੱਸਿਆ। ਮਤਲਬ ਕਹਿਣਾ ਮੈਂ ਇਹ ਚਾਹ ਰਿਹਾ ਕਿ ਇਹਨਾਂ ਸਾਲਾਂ ਦੇ ਵਿੱਚ ਮੈਂ ਉਸ ਦੌਰ 'ਚ ਉੱਥੇ ਜੀਵਿਆ, ਕਿਵੇਂ ਜੀਵਿਆ, ਕਿਵੇਂ ਵਿਚਰਿਆ, ਔਰ ਕਮਿਟਮੈਂਟ ਦੀ ਜਿਹੜੀ ਮੈਂ ਗੱਲ ਕਰਦਾ, ਜਿਹੜੀ ਮੈਂ ਚੰਡੀਗੜ੍ਹ ਵੀ ਕੀਤੀ ਸੀ, ਕਮਿਟਮੈਂਟ ਇਹ ਸੀ ਕਿ ਜਦੋਂ ਕੋਈ ਨਹੀਂ ਸੀ ਪੜ੍ਹਾਉਂਦਾ, ਮੈਂ ਜਮਾਤ ਲਾਉਣ ਜਾ ਰਿਹਾ ਸੀ ਅਤੇ ਹੱਸਦੇ ਸੀਗੇ ਵੀ ਯਾਰ ਛੱਡ ਤੂੰ, ਤੂੰ ਕੀ ਕਰਦਾ ਪਿਆ, ਪੜ੍ਹਾ ਕੇ ਕੀ ਕਰਨਾ ਤੂੰ ਇਹਨਾਂ ਨਿਆਣਿਆਂ। ਸਾਡਾ ਯਾਦ ਸੀ ਚਰਨ ਸਿੰਘ ਚੀਮਾ, ਉਹ ਕਹਿੰਦਾ ਵਰਿਆਮ ਸਿਆ ਇਹ ਦੇਸ਼ ਜਿਹੜਾ ਆ ਨਾ, ਇਸ ਦੇਸ਼ ਦੀ ਬੇੜੀ ਕੰਢੇ 'ਤੇ ਨਹੀਂ ਲੱਗਣੀ, ਇਹਨੇ ਡੁੱਬਣਾ ਹੀ ਡੁੱਬਣਾ ਆ, ਅਤੇ ਕਿਉਂਕਿ ਇਹਨੇ ਡੁੱਬਣਾ ਹੀ ਆ, ਇਹਨੇ ਕੰਢੇ 'ਤੇ ਲੱਗਣਾ ਹੀ ਨਹੀਂ ਹੈਗਾ, ਅਤੇ ਇਸ ਕਰਕੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਹਿੱਸੇ ਦਾ ਪੱਥਰ ਵੀ ਸੁੱਟੀਏ ਤਾਂ ਕਿ ਛੇਤੀ ਡੁੱਬਣ ਵਾਲੀ ਬਣੇ। ਅਤੇ ਮੈਂ ਉਹਨੂੰ ਕਿਹਾ ਸੀ ਨਹੀਂ ਚਰਨ ਸਿਆ, ਭਾਵੇਂ ਇਸ ਬੇੜੀ ਨੇ ਡੁੱਬ ਜਾਣਾ ਹੋਵੇ, ਭਾਵੇਂ ਇਹਨੇ ਕੰਢੇ 'ਤੇ ਲੱਗਣਾ ਹੋਵੇ ਅਤੇ ਭਾਵੇਂ ਨਾ ਲੱਗਣਾ ਹੋਵੇ, ਮੇਰੇ 'ਚ ਜਿੰਨਾ ਕੁ ਤਾਣ ਆ, ਮੇਰੇ 'ਚ ਜਿੰਨੀ ਕੁ ਜਾਨ ਆ, ਮੇਰੇ ਜਿੰਨੇ ਭਾਵੇਂ ਨਿੱਕੇ ਨਿੱਕੇ ਬੁੱਕ ਨੇ, ਮੈਂ ਉਹਨਾਂ ਬੁੱਕਾਂ ਦੇ ਨਾਲ ਬੇੜੀ ਵਿੱਚ ਪਏ ਹੋਏ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਰਹੂੰਗਾ। ਮੈਂ ਬੇੜੀ 'ਚ ਪਾਣੀ ਪੈਣ ਨਹੀਂ ਦੇਣਾ, ਨਾ ਬੇੜੀ 'ਚ ਪਾਣੀ ਪੱਥਰ ਪਾਉਣਾ ਆ, ਮੇਰੇ ਬੁੱਕ ਜਿਹੜੇ ਨੇ ਪਾਣੀ ਨੂੰ ਬਾਹਰ ਕੱਢਣ ਵਾਸਤੇ ਲੱਗੇ ਰਹਿਣਗੇ। ਉੱਥੇ ਵੀ ਮੇਰੀ ਗੱਲ ਕਹੀ ਸੀ, ਮੈਂ ਤੁਹਾਨੂੰ ਵੀ ਕਹਿੰਦਾ ਕਿ ਜਦੋਂ ਵੀ ਆਪਣੇ ਬਾਰੇ ਸਵਾਲ ਕਰੋ ਆਪਣੇ ਆਪ ਨੂੰ, ਅਤੇ ਪੁੱਛੋ ਕਿ ਤੁਸੀਂ ਬੇੜੀ 'ਚ ਪੱਥਰ ਪਾ ਰਹੇ ਹੋ ਕਿ ਕੋਈ ਬੁੱਕ ਪਾਣੀ ਦਾ ਬੇੜੀ 'ਚੋਂ ਬਾਹਰ ਵੀ ਕੱਢਣ ਦੀ ਕੋਸ਼ਿਸ਼ ਕਰਦੇ ਪਏ ਹੋ।